ਪੀਟੀਸੀ ਚੈਨਲ ਤੇ ਇਨਫੋਸ ਪ੍ਰੋਗਰਾਮ ਲੈ ਕੇ ਅਮਰ ਸਿੰਘ ਭੁੱਲਰ ਤੁਹਾਡੀ ਸੇਵਾ 'ਚ ਹਾਜ਼ਰ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ 2015 'ਚ ਹੋਈਆਂ ਚੋਣਾਂ 'ਚ 18 ਮੈਂਬਰ ਪਾਰਲੀਮੈਂਟ ਚੁਣੇ ਗਏ ਸਨ ਪੰਜਾਬੀ ਮੂਲ ਦੇ, ਜਿਨ੍ਹਾਂ ਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਅਹਿਮ ਕੰਮ ਕੀਤੇ। ਅਸੀਂ ਪਿਛਲੇ 15 ਮਹੀਨਿਆਂ ਦੇ ਵਿੱਚ ਜੋ ਕੰਮਕਾਰ ਹੋਏ ਉਹਨਾਂ ਦੇ ਬਾਰੇ 'ਚ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਸਾਡੇ ਮਹਿਮਾਨ ਨੇ ਅੱਜ ਰਾਜ ਗਰੇਵਾਲ ਜੀ, ਜਿਹੜੇ ਕਿ ਬ੍ਰੈਂਪਟਨ ਈਸਟ ਤੋਂ ਉਸ ਟਾਈਮ ਚੁਣੇ ਗਏ ਸੀ। ਗਰੇਵਾਲ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਭੁੱਲਰ ਸਾਹਿਬ ਅਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਗਰੇਵਾਲ ਸਾਹਿਬ, 15 ਮਹੀਨੇ ਦਾ ਸਮਾਂ ਅਜੇ ਕੱਲ੍ਹ ਦੀਆਂ ਗੱਲਾਂ ਨੇ, ਬੜਾ ਜਲਦੀ ਲੰਘ ਗਿਆ, ਪਰ 15 ਮਹੀਨੇ ਦੇ ਵਿੱਚ ਤੁਸੀਂ ਕਿਹੋ ਜਿਹਾ ਰਿਹਾ ਤੁਹਾਡਾ ਐਕਸਪੀਰੀਅੰਸ ਪਾਰਲੀਮੈਂਟ ਦੇ ਵਿੱਚ? ਹਾਂਜੀ, ਬਹੁਤ ਵਧੀਆ ਰਿਹਾ ਭੁੱਲਰ ਸਾਹਿਬ। ਆਈ ਮੀਨ, ਲੋਕਾਂ ਨੇ ਸਾਨੂੰ ਮੌਕਾ ਦਿੱਤਾ ਐਮ ਪੀ ਬਣਨ ਨੂੰ, ਅਤੇ ਉਹ ਅੱਛੀ ਚੀਜ਼ ਕਦੇ ਭੁੱਲ ਨਹੀਂ ਸਕਦੇ। ਸਭ ਤੋਂ ਜ਼ਿਆਦਾ ਵਧੀਆ ਚੀਜ਼ ਜਿਹੜੀ ਲੱਗੀ ਆ, ਜਿਹੜਾ ਮੌਕਾ ਮਿਲਦਾ ਲੋਕਾਂ ਨੂੰ ਹੈਲਪ ਕਰਨ ਨੂੰ। ਮੈਂ ਹਮੇਸ਼ਾ ਇਹੀ ਕਹਾਣੀ, ਜਦੋਂ ਲੋਕ ਪੁੱਛਦੇ ਆ ਕਿਵੇਂ ਲੱਗਦਾ ਐਮ ਪੀ ਬਣਨ ਨੂੰ, ਦੈਟ ਲੋਕ ਕਹਿੰਦੇ ਯੂ ਨੋ ਨੱਠ ਭੱਜ ਕਾਫੀ ਹੈਗੀ ਆ, ਦੈਟ ਲੰਬੇ ਆਵਰਸ ਆ, ਬਟ ਮੈਂ ਕਹਿੰਦਾ ਦੈਟ ਯੂ ਨੋ ਜਿਹੜੀ ਸਾਨੂੰ ਓਪਰਚੁਨਿਟੀ ਮਿਲੀ ਹੋਈ ਆ ਬ੍ਰੈਂਪਟਨ ਦੀ ਆਵਾਜ਼, ਲੋਕਾਂ ਦੀ ਆਵਾਜ਼ ਆਟੋਆ ਲੈਣ ਲੈ ਕੇ ਜਾਣ, ਉਹਦੇ ਵਰਗੀ ਕੋਈ ਰੀਸ ਨਹੀਂ। ਖਾਸ ਕਰਕੇ ਜਿਹੜੇ ਲੋਕਾਂ ਦੇ ਸਮੱਸਿਆ ਜਿਹੜੀਆਂ ਪ੍ਰੋਬਲਮਸ ਆ ਇਮੀਗ੍ਰੇਸ਼ਨ ਦੀਆਂ, ਜਿਵੇਂ ਪਹਿਲੇ ਸਾਲ ਦੇ ਵਿੱਚ ਮੈਂ 6 ਡੀਪੋਰਟੇਸ਼ਨ ਕੇਸਿਸ ਸਟਾਪ ਕੀਤੀਆਂ ਅਤੇ ਆਪਣੇ ਪਰਿਵਾਰ ਇਕੱਠੇ ਰੱਖੇ ਆ ਬ੍ਰੈਂਪਟਨ ਈਸਟ ਦੇ ਵਿੱਚ, ਇਹ ਮੇਰੇ ਵਾਸਤੇ ਬਹੁਤ ਵਧੀਆ ਜਿੱਤ ਹੁੰਦੀ ਆ। ਬਿਲਕੁਲ, ਇਹਦੇ ਕਰਕੇ ਅਸੀਂ ਮਿਹਨਤ ਕਰ ਰਹੇ ਹਾਂ। ਅੱਛਾ, ਤੁਸੀਂ ਪਾਰਲੀਮੈਂਟ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਮਸਲੇ ਨੇ ਉੱਥੇ ਉਠਾਏ, ਕਿੰਨੀ ਵਾਰ ਬੋਲੇ? ਮੈਂ ਕਾਫੀ ਵਾਰੇ ਬੋਲਿਆ, ਹਰੇਕ ਜਦੋਂ ਮੌਕਾ ਮਿਲਦਾ ਮੈਂ ਹਮੇਸ਼ਾ ਪਾਰਟੀ ਨੂੰ ਪੁੱਛਦਾ ਦੈਟ ਮੈਂ ਇਸ ਟਾਪਿਕ ਤੇ ਬੋਲ ਸਕਦਾ। ਖਾਸ ਕਰਕੇ ਮੇਰੀ ਫਾਈਨੈਂਸ ਕਮੇਟੀ ਤੇ ਗਵਰਨਮੈਂਟ ਆਪਰੇਸ਼ਨ ਕਮੇਟੀ ਤੇ ਰਿਸਪੋਂਸਿਬਿਲਿਟੀਜ਼ ਹੈਗੀਆਂ, ਸੋ ਜਦੋਂ ਵੀ ਕੋਈ ਇਕਨੋਮਿਕ ਡਿਸਕਸ਼ਨ ਹੁੰਦੀ ਆ ਹਮੇਸ਼ਾ ਮੈਂ ਬੋਲ ਰਿਹਾ। ਪਹਿਲੇ ਸਾਲ ਦੇ ਵਿੱਚ 15,000 ਵਰਡਸ ਬੋਲੇ ਆ ਪਾਰਲੀਮੈਂਟ ਦੇ ਵਿੱਚ, ਸੋ ਕਾਫੀ ਵਧੀਆ ਐਕਸਪੀਰੀਅੰਸ ਲੱਗੀ ਤੇ ਅਗਲੇ ਸਾਲ ਸਭ ਤੋਂ ਜ਼ਿਆਦਾ ਜਦੋਂ ਵੀ ਸਾਨੂੰ ਮੌਕਾ ਮਿਲਦਾ ਅਸੀਂ ਜ਼ਰੂਰ ਬੋਲਾਂਗੇ। ਜਦੋਂ ਵੀ ਸਾਨੂੰ ਫੀਲ ਕਰਦੇ ਸਾਡੀ ਕਮਿਊਨਿਟੀ ਦਾ, ਸਾਡੇ ਬ੍ਰੈਂਪਟਨ ਸਿਟੀ ਦਾ, ਸਾਡੇ ਇਲਾਕੇ ਦਾ ਕੋਈ ਇਸ਼ੂ ਹੋਵੇ, ਅਸੀਂ ਹਮੇਸ਼ਾ ਹੀ ਹਾਊਸ ਦੇ ਵਿੱਚ ਬੋਲਾਂਗੇ ਇਹ ਚੀਜ਼ਾਂ। ਤੁਸੀਂ ਬ੍ਰੈਂਪਟਨ ਸਿਟੀ ਦੀ ਗੱਲ ਕੀਤੀ ਆ, ਭਾਵੇਂ ਇਹ ਪ੍ਰੋਵਿੰਸ ਦੇ ਮਾਮਲੇ ਨੇ, ਦੋ ਇੱਕ ਤਾਂ ਹੋਸਪਿਟਲ ਜੀ ਜੀ ਅਤੇ ਦੂਸਰੀ ਯੂਨੀਵਰਸਿਟੀ, ਇਹ ਲੋਕ ਬੜੀ ਘਾਟ ਮਹਿਸੂਸ ਕਰਦੇ ਨੇ। ਤੁਸੀਂ 15 ਮਹੀਨਿਆਂ 'ਚ ਇਹਦੇ ਲਈ ਕੋਈ ਯਤਨ ਕੀਤੇ? ਹਾਂਜੀ, ਸੋ ਸਭ ਤੋਂ ਪਹਿਲਾਂ ਜਿਹੜਾ ਹਾਸਪਿਟਲ ਦੀ ਗੱਲ ਕੀਤੀ ਆ ਭੁੱਲਰ ਸਾਹਿਬ, ਦੈਟ ਜਿਹੜਾ ਪੀਓ ਮੈਮੋਰੀਅਲ ਹਾਸਪਿਟਲ ਖੋਲ੍ਹਣ ਆ ਰਿਹਾ ਇਹਨਾਂ ਕਪਲ ਆਫ ਵੀਕਸ, ਉਹਦੇ ਨਾਲ ਕਾਫੀ ਪ੍ਰੈਸ਼ਰ। ਕਦੋਂ ਖੁੱਲ੍ਹਣ ਜਾ ਰਿਹਾ ਹੈ? ਐਂਡ ਆਫ ਫੈਬਰੀ, ਆਈ ਥਿੰਕ ਫੈਬਰੀ 24th ਦਾ ਡੇਟ। ਅੱਛਾ, ਠੀਕ ਹੈ ਜੀ। ਅਤੇ ਪਰ ਉਹਦੇ ਨਾਲ ਕਾਫੀ ਪ੍ਰੈਸ਼ਰ ਉਤਰ ਜਾਣਾ, ਜਿਹੜਾ ਆਪਣਾ ਵਿਲੀਅਮ ਆਸਲਰ ਹਾਸਪਿਟਲ ਜਿਹੜਾ ਬਵੇੜ 'ਤੇ ਪੈਂਦਾ, ਸੋ ਉਹ ਬਹੁਤ ਵਧੀਆ ਚੀਜ਼ ਆ। ਖਾਸ ਕਰਕੇ ਜਿਹੜੇ ਫੈਡਰਲ ਗਵਰਨਮੈਂਟ ਦਾ ਰੋਲ ਆ ਹੈਲਥ ਕੇਅਰ ਦੇ ਵਿੱਚ, ਉਹਦਾ ਰੋਲ ਹੈਗਾ ਫੰਡਿੰਗ ਦਾ, ਸੋ ਜਿਹੜੀ ਉਹਦੀ ਫੰਡਿੰਗ ਡਿਸਕਸ਼ਨ ਹੋ ਰਹੀ ਆ, ਇਟਸ ਹੈਪਨਿੰਗ ਵਿਦ ਦ ਪ੍ਰੋਵਿੰਸ, ਉਹਦੀ ਹਜੇ ਅਗਰੀਮੈਂਟ ਨਹੀਂ ਹੋਈ ਪ੍ਰੋਵਿੰਸ ਆਫ ਅੰਟੇਰੀਓ ਦੇ ਨਾਲ, ਬਟ ਅਸੀਂ ਪੂਰੀ ਆਸ ਕਰਾਂਗੇ ਦੈਟ ਪਹਿਲੇ ਕਪਲਾ ਮਹੀਨਿਆਂ ਦੇ ਵਿੱਚ ਉਹ ਡੀਲ ਹੁੰਦੀ ਆ। ਬਟ ਜਿਹੜੀ ਹੈਲਥ ਕੇਅਰ ਦੀ ਸਪੈਂਡਿੰਗ ਆ, ਅਸੀਂ ਇਹ ਵੀ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਦੈਟ ਇਹ ਆਪਾਂ ਕੋਸਟ ਅਫੀਸ਼ੀਅਲੀ ਸਪੈਂਡ ਕਰਨ, ਨਾ ਕਿ ਪ੍ਰੋਵਿੰਸ ਨੂੰ ਹਮੇਸ਼ਾ ਹੀ ਚੈੱਕ ਵਧਾਈ ਜਾਣਾ। ਨਹੀਂ ਜੀ, ਅਸੀਂ ਚਾਹੁੰਦੇ ਹਾਂ ਦੈਟ ਸਭ ਤੋਂ ਜ਼ਿਆਦਾ ਅਫੀਸ਼ੀਅੰਟ ਸਾਡਾ ਮੈਡੀਕਲ ਸਿਸਟਮ ਹੋਵੇ ਅਤੇ ਪ੍ਰਿਵੈਂਟਿਵ ਹੋਵੇ, ਦੈਟ ਅਸੀਂ ਜਿੱਥੇ ਖਰਚਾ ਪ੍ਰਿਵੈਂਟ ਕਰ ਸਕਦੇ ਹਾਂ ਉਸੇ ਅਸੀਂ ਪ੍ਰਿਵੈਂਟ ਕਰਨਾ ਚਾਹੁੰਦੇ ਹਾਂ। ਦੂਜੀ ਗੱਲ ਭੁੱਲਰ ਸਾਹਿਬ ਤੁਸੀਂ ਕੀਤੀ ਆ ਯੂਨੀਵਰਸਿਟੀ, ਸੋ ਬੜੀ ਖੁਸ਼ੀ ਦੀ ਗੱਲ ਹੋਈ ਹੈ, ਪਿਛਲੇ 2-3 ਮਹੀਨਿਆਂ ਦੇ ਵਿੱਚ ਯੂਨੀਵਰਸਿਟੀ ਅਨਾਊਂਸ ਹੋਈ ਹੈ, ਪ੍ਰੋਵਿੰਸ ਨੇ ਅਨਾਊਂਸ ਕੀਤੀ ਆ ਬ੍ਰੈਂਪਟਨ ਵਾਸਤੇ। ਹੁਣ 2017 ਦੇ ਵਿੱਚ ਪ੍ਰਪੋਜ਼ਲ ਹੋਣਗਾ ਕਿਹੜਾ ਪਾਰਟਨਰ ਹੋਣਾ, ਕਿਹੜਾ ਯੂਨੀਵਰਸਿਟੀ ਦਾ ਪਾਰਟਨਰ ਹੋਣਗਾ। ਯੂ ਐਫ ਟੀ ਦਾ ਨਾਂ ਵੀ ਸੁਣਿਆ, ਰਾਇਰਸਨ ਦਾ ਵੀ ਨਾਂ ਵੀ ਸੁਣਿਆ, ਕਾਫੀ ਹੋਰ ਨਾਂ ਵੀ ਸੁਣਿਆ। ਇਹਦਾ ਜਿਹੜਾ ਫਾਈਨਲ ਪ੍ਰੋਸੀਜਰ ਆ ਫਾਲ ਦੇ ਵਿੱਚ ਹੋਣਗਾ ਜਦੋਂ ਅਨਾਊਂਸਮੈਂਟ ਹੋਈ। ਜਿਹੜਾ ਫੈਡਰਲ ਗਵਰਨਮੈਂਟ ਦਾ ਰੋਲ ਆ ਉੱਥੇ ਆ, ਜਦੋਂ ਯੂਨੀਵਰਸਿਟੀ ਦਾ ਪ੍ਰਪੋਜ਼ਲ ਫਿਨਿਸ਼ ਹੋ ਗਿਆ ਅਤੇ ਉਹਨਾਂ ਨੇ ਫੰਡਿੰਗ ਵਾਸਤੇ ਪੁੱਛਣਾ, ਉੱਥੇ ਅਸੀਂ ਬਿਲਕੁਲ ਖੜੇ ਹਾਂ। ਅਸੀਂ ਚਾਹੁੰਦੇ ਹਾਂ, ਮਿਨਿਸਟਰ ਨਾਲ ਵੀ ਗੱਲ ਕੀਤੀ ਹੋਈ ਆ, ਮਿਨਿਸਟਰ ਸੋਈ ਨਾਲ, ਦੈਟ ਯੂਨੀਵਰਸਿਟੀ ਬਣ ਰਹੀ ਆ ਬ੍ਰੈਂਪਟਨ ਦੇ ਵਿੱਚ ਅਤੇ ਫੈਡਰਲ ਹੈਲਪ ਚਾਹੀਦੀ ਆ, ਅਤੇ ਅਸੀਂ ਜ਼ਰੂਰ ਉੱਥੇ ਐਡਵੋਕੇਟ ਕਰਾਂਗੇ। ਕਦੋਂ ਤੱਕ ਯੂਨੀਵਰਸਿਟੀ ਸ਼ੁਰੂ ਹੋਣ ਦੀ ਆਸ ਹੈ? ਉਹ ਸਿਟੀ ਦੀ ਡਿਸੀਜਨ ਆ, ਸਿਟੀ ਦੇ ਪ੍ਰੋਵਿੰਸ ਦੀ ਡਿਸੀਜਨ ਆ, ਉਹਦਾ ਫੈਡਰਲ ਰੋਲ ਕੋਈ ਹੈ ਨਹੀਂਗਾ, ਬਟ ਜਿਹੜੇ ਟਾਈਮ ਟੇਬਲ ਆ ਇਟ ਸ਼ੁਡ ਬੀ ਇਨ 2017-2018। ਅੱਛਾ ਗਰੇਵਾਲ ਸਾਹਿਬ, ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਕਮਿਊਨਿਟੀ ਲਈ, ਇੱਕ ਸਾਡੇ ਖਾਸ ਤੌਰ 'ਤੇ ਪੰਜਾਬੀਆਂ ਲਈ, ਕਿਉਂਕਿ 18 MP ਚੁਣੇ ਗਏ ਹੋ,
15 ਮਹੀਨੇ ਚ ਕਿਹੜੇ ਅਹਿਮ ਕੰਮ ਕੀਤੇ ਨੇ ਉਹਦੇ ਲਈ। ਸੋ ਆਪਣੀ ਕਮਿਊਨਿਟੀ ਵਾਸਤੇ ਮੈਂ ਤਾਂ ਹਮੇਸ਼ਾ ਕਹਿੰਦਾ ਕੈਨੇਡਾ ਸਾਰਿਆਂ ਦੀ ਸਾਂਝੀ ਆ, ਸਾਂਝੀ ਰਾਈਟ। ਸੋ ਆਈ ਥਿੰਕ ਜਿਹੜਾ ਕੰਮ ਕਰਦੇ ਆ ਸਾਰਿਆਂ ਵਾਸਤੇ ਕਰ, ਪਰ ਕੁਝ ਚੀਜ਼ਾਂ ਸਾਡੇ ਨਾਲ ਜਿਹੜੀਆਂ ਬਿਲੋਂਗ ਕਰਦੀਆਂ ਨੇ ਸਾਡੀ ਕਮਿਊਨਿਟੀ ਨਾਲ ਕਰਦੀਆਂ, ਜਿਵੇਂ ਵਿਸਾਖੀ ਹੈ ਜੀ 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 ਹਾਂਜੀ, ਕਾਮਾ ਗਾਟਾ ਮਾਰੂ ਦਾ ਮਸਲਾ ਉਹ ਵੀ ਸਾਡੀ ਕਮਿਊਨਿਟੀ ਨਾਲ ਸੰਬੰਧਿਤ ਹੈ, ਮੈਂ ਉਹਦੇ ਬਾਰੇ ਚ ਗੱਲ ਕਰ ਰਿਹਾ। ਤੁਸੀਂ ਕਿਹੜੇ ਕਿਹੜੇ ਕਦਮ, ਸੋ ਆਪਾਂ ਵਾਅਦਾ ਕੀਤਾ ਸੀ ਕੈਂਪੇਨ ਦੇ ਵਿੱਚ ਦੈਟ ਕਾਮਾ ਗਾਟਾ ਮਾਰੂ ਦੀ ਅਪੋਲੋਜੀ ਹੋਣਗੀ ਉਸ ਘਰ ਦੇ ਵਿੱਚ ਜਿੱਥੇ ਉਹ ਕਾਨੂੰਨ ਬਣੇ ਸੀਗੇ, ਜਿਹੜੀ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ ਹੋਈਆਂ ਸੀਗੀਆਂ ਪਾਸ। ਸੋ ਇਹ ਪਿਛਲੇ ਸਾਲ ਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਹਾਊਸ ਦੇ ਵਿੱਚ ਅਪੋਲੋਜੀ ਦਿੱਤੀ ਹੈ ਕਾਮਾ ਗਾਟਾ ਮਾਰੂ ਦੇ ਵਿੱਚ। ਇਹ ਬਹੁਤ ਵੱਡੀ ਨਿਸ਼ਾਨੀ ਆ ਕੈਨੇਡਾ ਦੀ, ਜਾਂ ਜਿੱਥੇ ਕੈਨੇਡਾ ਦੀ ਸਰਕਾਰ ਦੀ ਗਲਤੀ ਹੁੰਦੀ ਆ ਉਹ ਗਲਤੀ ਮੰਨਦੇ ਆ ਤੇ ਉਹ ਠੀਕ ਕਰਦੇ ਆ। ਕਿ ਲੋਕਾਂ ਦੀ ਮੰਗ ਸੀ ਇਹ ਬਹੁਤ ਲੰਮੇ ਅਰਸੇ ਤੋਂ, ਤੁਸੀਂ ਉਹਦੇ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਜਿਹੜਾ ਫੰਕਸ਼ਨ ਹੋਇਆ ਸਾਨੂੰ ਦੇਖਣ ਦਾ ਮੌਕਾ ਮਿਲਿਆ, ਤੁਸੀਂ ਵੀ ਉਸ ਦੇ ਲਈ ਵਧਾਈ ਦੇ ਹੱਕਦਾਰ ਹੋ। ਸਾਰੇ ਐਮ ਪੀਜ਼ ਨੇ ਇਕੱਠੇ ਹੋ ਕੇ ਉਹ ਜਿਹੜਾ ਫੰਕਸ਼ਨ ਦੀ ਨੇਪਰੇ ਚਾੜਿਆ। ਰਹੀ ਗੱਲ ਵਿਸਾਖੀ ਦੀ, ਵਿਸਾਖੀ ਅਸੀਂ 1993 ਤੋਂ ਅਸੀਂ ਦੇਖਦੇ ਆ ਰਹੇ ਹਾਂ ਜਿਹੜੀ ਪਾਰਲੀਮੈਂਟ ਵਿੱਚ ਮਨਾਈ ਜਾਂਦੀ ਰਹੀ ਆ, ਪਰ ਜਿਹੜੀ ਇਸ ਵਾਰੀ ਤੁਸੀਂ ਪਹਿਲੀ ਵਾਰ ਪਿਛਲੇ ਸਾਲ ਮਨਾਈ, ਅਤੇ ਮੈਂ ਸਮਝਦਾ ਕਿ ਉਹ ਇੱਕ ਵਿਲੱਖਣ ਨਜ਼ਾਰਾ ਸੀ, ਔਰ ਉਹ ਪਹਿਲਾਂ ਫੰਕਸ਼ਨਾਂ ਨਾਲੋਂ ਹਟ ਕੇ ਸੀ। ਤੇ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਉੱਥੇ? ਆਈ ਥਿੰਕ ਸਾਰੀ ਟੀਮ ਨੂੰ ਅਤੇ ਵਧਾਈ ਦੇ ਪਾਤਰ ਆ, ਬਟ ਖਾਸ ਕਰਕੇ ਸਾਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਆਫ ਕੈਨੇਡਾ ਵਧਾਈ ਦੇ ਪਾਤਰ ਆ, ਜਿਹੜੇ ਨੇ ਆਪਣੀ ਕਮਿਊਨਿਟੀ ਨੂੰ ਇੰਨੀ ਇੰਪਰੇਸ ਕੀਤਾ ਅਤੇ ਇੰਨੀ ਵਧੀਆ ਤਰੀਕੇ ਨਾਲ ਵਿਸਾਖੀ ਮਨਾ ਗਈ ਹੋਈ ਆ ਆਪਣੇ ਪਾਰਲੀਮੈਂਟ ਦੇ ਵਿੱਚ, ਅਤੇ ਆਉਂਦੇ ਸਾਲਾਂ ਦੇ ਵਿੱਚ ਇੱਦਾਂ ਹੀ ਆਪਾਂ ਮਨਾਵਾਂਗੇ। ਬਟ ਅਸੀਂ ਚਾਹੁੰਦੇ ਸੀਗੇ ਦੈਟ ਯੂ ਨੋ ਇੰਨੀ ਕਮਿਊਨਿਟੀ ਰੈਪ੍ਰਜੈਂਟੇਸ਼ਨ ਹੈ ਹਾਊਸ ਆਫ ਕਾਮਨਸ ਦੇ ਵਿੱਚ, ਪੰਜਾਬੀ ਦਾ 3rd ਮੋਸਟ ਸਪੋਕਨ ਲੈਂਗੁਏਜ ਆ ਇਨ ਦਾ ਹਾਊਸ ਆਫ ਕਾਮਨਸ। ਸੋ ਵਿਸਾਖੀ ਵਧੀਆ ਤਰੀਕੇ ਨਾਲ ਅਸੀਂ ਮਨਾ ਸੀ, ਬਟ ਖਾਸ ਕਰਕੇ ਮੈਂ ਜਸਟਿਨ ਟਰੂਡੋ ਆਪਣੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਹਮੇਸ਼ਾ ਹੀ ਸਾਡੀ ਕਮਿਊਨਿਟੀ ਵਾਸਤੇ ਹਾਂ ਹੀ ਕੀਤੀ। ਅੱਛਾ ਗ੍ਰਿਹ ਸਾਹਿਬ, ਰਹੀ ਗੱਲ ਇਮੀਗ੍ਰੇਸ਼ਨ ਦੀ, ਪਰ ਮੈਂ ਉਹਦੀ ਗੱਲ ਕਰਾਂਗਾ ਇੱਕ ਬ੍ਰੇਕ ਤੋਂ ਬਾਅਦ। ਸਮਾਂ ਹੋ ਗਿਆ ਹੁਣ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਹੁਣੀ ਗਏ ਅਤੇ ਹੁਣੀ ਵਾਪਸ ਆਏ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆ ਜਾਣਾ ਸਾਡੇ ਮਹਿਮਾਨ ਨੇ ਅੱਜ ਬ੍ਰੈਂਪਟਨ ਈਸਟ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਜੀ। ਗਰੇਵਾਲ ਸਾਹਿਬ, ਇਮੀਗ੍ਰੇਸ਼ਨ ਦੀ ਗੱਲ ਤੁਸੀਂ ਬੜੇ ਵਾਅਦੇ ਕੀਤੇ ਸੀ 15 ਮਹੀਨੇ 'ਚ, ਕਿਹੜੇ ਕਿਹੜੇ ਤੁਸੀਂ ਵਾਅਦੇ ਪੂਰੇ ਕੀਤੇ ਨੇ ਜਿਹੜੇ ਇਮੀਗ੍ਰੇਸ਼ਨ ਸੰਬੰਧੀ ਕੀਤੇ? ਸੋ ਭੁੱਲਰ ਸਾਹਿਬ, ਮੈਂ ਹਮੇਸ਼ਾ ਇਮੀਗ੍ਰੇਸ਼ਨ ਦੀ ਕਹਾਣੀ ਸ਼ੁਰੂ ਕਰਦਾ, ਜਿਹੜਾ 10 ਸਾਲ ਦਾ ਨੁਕਸਾਨ ਆ ਕੰਜ਼ਰਵੇਟਿਵ ਸਰਕਾਰ ਦਾ ਉਹ 1 ਸਾਲ ਦੇ ਵਿੱਚ ਨਹੀਂ ਪੂਰਾ ਹੋਣਾ। ਪਰ ਇਹਦੇ ਕਹਿਣ ਦੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਦੈਟ 1 ਸਾਲ ਦੇ ਵਿੱਚ ਕਾਫੀ ਕੰਮ ਹੋਇਆ। ਜਿਹੜਾ 2,40,000 ਪਹਿਲਾਂ ਬੰਦਾ ਹੁੰਦਾ ਸੀਗਾ ਉਹਦੇ ਨਾਲ ਬੈਕਲੋਗ ਕਾਫੀ ਸੀਗਾ ਫੈਮਿਲੀ ਦਾ, ਸੋ ਅਸੀਂ 3 ਲੱਖ ਤੱਕ ਲੈ ਕੇ ਗਏ ਹਾਂ। ਸੋ ਉਹਦੇ ਨਾਲ ਬੈਕਲੋਗ ਦੀ ਇੰਪੈਕਟ ਹੋਣਗੀ ਅਤੇ ਜਲਦੀ ਤੋਂ ਜਲਦੀ ਲੋਕ ਇੱਥੇ ਪਹੁੰਚਣਗੇ। ਇਹਦੇ ਨਾਲ ਸਪੈਸਲ ਸਪੋਂਸਰਸ਼ਿਪ ਜਦੋਂ ਅਸੀਂ ਸਰਕਾਰ ਲਈ ਆ ਉਦੋਂ 24 ਮਹੀਨੇ ਦਾ 2 ਸਾਲ ਦਾ ਸਮਾਂ ਲੱਗ ਜਾਂਦਾ। ਹਾਂਜੀ ਸਰ, ਸੋ ਬੜੀ ਨੁਕਸਾਨ ਹੁੰਦੀ ਆ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਦੈਟ ਅਸੀਂ ਹੁਣ ਉਹ 12 ਮਹੀਨੇ ਦੀ ਕਮਿਟਮੈਂਟ ਕੀਤੀ ਹੋਈ ਆ, 12 ਮਹੀਨੇ ਦੇ ਵਿੱਚ ਤੁਹਾਡਾ ਸਪਾਊਸ ਕੈਨੇਡਾ ਪਹੁੰਚਣਗਾ। ਇਹ ਬਹੁਤ ਵਧੀਆ ਚੀਜ਼ ਆ। ਇੱਕ ਉਹਦੇ ਵਿੱਚ ਕਾਫੀ ਫਾਰਮ ਜਿਹੜੇ ਸੀ ਉਹ 2 ਸੈੱਟ ਤਿਆਰ ਕਰਨੇ ਪੈਂਦੇ ਸੀ, ਇੱਕ ਜਿਹੜਾ ਇੰਡੀਆ ਤੋਂ ਜਾਂ ਹੋਰ ਕਿਸੇ ਕੰਟਰੀ ਤੋਂ ਆਉਣਾ ਹੁੰਦਾ ਉਹਨੇ, ਅਤੇ ਜੇ ਇੱਕ ਕੈਨੇਡਾ ਜਿਹੜਾ ਸਪੋਂਸਰ ਕਰ ਰਿਹਾ। ਸੋ ਕਾਫੀ ਕੋਂਪਲੀਕੇਟਿਡ ਪ੍ਰੋਸੀਜਰ ਸੀਗਾ, ਹੁਣ ਇੱਕ ਪ੍ਰੋਸੀਜਰ ਬਣ ਗਿਆ, ਇੱਕ ਐਪਲੀਕੇਸ਼ਨ ਬਣ ਗਈ। ਪਹਿਲਾਂ ਸੀਗੀਆਂ 14 ਚੈੱਕਲਿਸਟ, ਹੁਣ 1 ਚੈੱਕਲਿਸਟ ਹੋ ਗਈ। ਸੋ ਉੱਥੇ ਵੀ ਅਸੀਂ ਮਿਹਨਤ ਕਰ ਰਹੇ ਹਾਂ ਦੈਟ ਅਸੀਂ ਜਿਹੜੇ ਇਮੀਗ੍ਰੇਸ਼ਨ ਦਾ ਪ੍ਰੋਸੀਜਰ ਸਾਰਾ ਉਹ ਵੀ ਸਿੰਪਲੀਫਾਈ ਕਰੀਏ, ਫੇਅਰਨੈਸ, ਟ੍ਰਾਂਸਪੇਰੈਂਟ ਐਂਡ ਮੋਰ ਅਕਾਊਂਟੇਬਲ। ਨਾਨੇ ਨਾਨੀ ਦਾਦੇ ਦਾਦੀਆਂ ਦਾ ਕੇਸ। ਹਾਂਜੀ, ਸੋ ਜਿਹੜਾ ਫੈਮਿਲੀ ਸਪੋਂਸਰਸ਼ਿਪ ਆ ਉੱਥੇ 2-3 ਚੀਜ਼ਾਂ ਕੀਤੀਆਂ। ਪਹਿਲਾਂ ਤਾਂ 5,000 ਫੈਮਿਲੀ ਸਪੋਂਸਰਸ਼ਿਪ ਐਪਲੀਕੇਸ਼ਨ ਹੁੰਦੀਆਂ ਸੀ ਹਰੇਕ ਸਾਲ, ਉਹ ਅਸੀਂ ਨੰਬਰ ਡਬਲ ਕਰਤਾ 10,000 ਤੱਕ, ਅਤੇ ਉਹਦੇ ਨਾਲ ਹੁਣ 30 ਦਿਨ ਪਹਿਲਾਂ 1 ਦਿਨ ਦੀ ਐਪਲੀਕੇਸ਼ਨ ਪਹਿਲਾਂ 1 ਦਿਨ 'ਚ ਭਰਨੇ ਪੈਂਦੇ। ਕਾਫੀ ਉਹਦੇ ਵਿੱਚ ਮੈਂ ਸਮਝਦਾ ਕੋਰੀਅਰ ਕੰਪਨੀਆਂ ਨੇ, ਕੋਈ ਬਹੁਤ ਸਾਰੇ ਏਜੰਟਾਂ ਨੇ ਬੜਾ ਪੈਸਾ ਕਮਾਇਆ, ਕਿਉਂਕਿ 1 ਦਿਨ ਦੇ ਵਿੱਚ ਬੜਾ ਔਖਾ ਹੁੰਦਾ ਸੀ। ਸੋ ਹੁਣ 30 ਦਿਨ ਦਾ ਟਾਈਮ ਆ ਅਤੇ 10,000 ਐਪਲੀਕੇਸ਼ਨ ਆਉਣਗੀਆਂ, ਅਤੇ ਲਾਟਰੀ ਸਿਸਟਮ ਇਟਸ ਮੋਰ ਫੇਅਰ ਇਨ ਕੈਨੇਡਾ, ਹਮੇਸ਼ਾ ਫੇਅਰਨੈਸ 'ਤੇ ਚੱਲੀ। ਇਹਦੇ ਨਾਲ ਜਿਹੜਾ 8 ਸਾਲ ਦਾ ਵੇਟਿੰਗ ਟਾਈਮ ਆ ਫੈਮਿਲੀ ਵਾਸਤੇ ਅਸੀਂ ਖੁਦ ਮੰਨਦੇ ਹਾਂ, ਯਾਰ ਬੜਾ ਲੰਬਾ ਟਾਈਮ ਆ। ਸੋ ਉਹਦੇ ਨਾਲ ਅਸੀਂ ਇੰਪਰੂਵਮੈਂਟ ਕਰਨਾ ਚਾਹੁੰਦੇ ਹਾਂ, ਅਤੇ ਉੱਥੇ ਕਾਫੀ ਫੋਕਸ ਹੋਣਗਾ ਮਿਨਿਸਟਰ ਆਫ ਇਮੀਗ੍ਰੇਸ਼ਨ ਅਤੇ ਸਾਰੇ ਐਮ ਪੀਜ਼ ਦਾ। ਅਤੇ ਇਹਦੇ ਨਾਲ ਅਸੀਂ ਪੀ ਆਰ ਦਾ ਜਿਹੜਾ 3-4 ਮਹੀਨੇ ਲੱਗਦੇ ਸੀਗੇ ਰੂਨੂ ਵਾਸਤੇ, ਉਹ ਅਸੀਂ ਹੁਣ 90 ਡੇਜ਼ ਦੇ ਵਿੱਚ ਕਰਤਾ, ਅਤੇ ਅਸੀਂ ਆਸ ਕਰਦੇ ਹਾਂ ਇਹ ਸਾਲ ਦਾ 2 ਮਹੀਨਿਆਂ ਦੇ ਵਿੱਚ ਹੋ ਜਾਏਗਾ। ਅੱਛਾ, ਤੁਹਾਡੀ ਰਾਈਡਿੰਗ 'ਚ ਉਸ ਟਾਈਮ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਵਾਅਦਾ ਕੀਤਾ ਸੀ ਕਿ ਚੰਡੀਗੜ੍ਹ ਦੇ ਇੱਕ ਤਾਂ ਆਫਿਸ ਦੇ ਵਿੱਚ ਕੁਝ ਕਮੀਆਂ ਪੇਸ਼ੀਆਂ ਨੇ, ਉੱਥੇ ਕੰਮਕਾਰ ਦੇ ਵਿੱਚ ਉਹਨਾਂ ਨੇ ਨਾ ਖੁਸ਼ੀ ਪ੍ਰਗਟ ਕੀਤੀ ਸੀ ਕਿ ਉੱਥੇ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਚੱਲ ਰਹੀਆਂ ਨੇ, ਅਤੇ ਇੱਕ ਉਹਨਾਂ ਨੇ ਸਕੂਟਰ ਅੰਟਾਂ ਬਾਰੇ ਕਿਹਾ ਸੀ। ਇਹਦੇ ਬਾਰੇ 'ਚ ਹੁਣ ਨਵੇਂ ਇਮੀਗ੍ਰੇਸ਼ਨ ਸਾਡੇ ਮਿਨਿਸਟਰ ਬਣ ਗਏ ਨੇ, ਕੀ ਕਦਮ ਚੁੱਕੇ ਜੀ? ਸੋ ਇਹੀ ਆ
ਸੈਡ ਭੁੱਲਰ ਸਾਹਿਬ ਦੈਟ ਚੰਡੀਗੜ੍ਹ ਦੇ ਵਿੱਚ ਐਂਬੈਸੀ ਦੇ ਵਿੱਚ ਆਡਿਟ ਹੋਈ ਸੀ ਦੈਟ ਉਹਦੀ ਐਂਬੈਸੀ ਨੂੰ ਕਿਵੇਂ ਅਸੀਂ ਇੰਪਰੂਵ ਕਰ ਸਕਦੇ ਹਾਂ। ਪਰ ਮੈਂ ਇਹ ਵੀ ਬੇਨਤੀ ਕਰਦਾ ਦਰਸ਼ਕਾਂ ਨੂੰ ਦੈਟ ਤੁਹਾਡੇ ਐਮ ਪੀ ਤੁਸੀਂ ਬਣਾ ਕੇ ਉੱਥੇ ਭੇਜਿਆ, ਜਿਹੜਾ ਸਾਡਾ ਦਫ਼ਤਰ ਹੈਗਾ ਉਹ ਬਹੁਤ ਵਧੀਆ ਰਿਸੋਰਸ ਹੈਗਾ ਤੁਹਾਡੀ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਵਾਸਤੇ, ਠੀਕ ਹੈ ਜੀ। ਇਹ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਬੁਲਾਉਣਾ ਚਾਹੁੰਦੇ ਹਾਂ, ਤੁਸੀਂ ਜ਼ਰੂਰ ਆਪਣੇ ਐਮ ਪੀ ਦੇ ਦਫ਼ਤਰ 'ਚ ਪਹਿਲਾਂ ਪਹੁੰਚੋ, ਐਪਲੀਕੇਸ਼ਨ ਪ੍ਰੋਸੈਸ ਦਾ ਪਤਾ ਕਰੋ ਅਤੇ ਫਿਰ ਚਿੱਠੀ ਲੈ ਕੇ ਜਾਓ। ਉਹਦੇ ਨਾਲ ਜ਼ਿਆਦਾ ਚਾਂਸਿਸ ਆਪਣੇ ਵੱਧ ਜਾਂਦੇ ਆ, ਬਿਕਾਜ਼ ਜਿਹੜੇ ਗਲਤੀਆਂ ਹੁੰਦੀਆਂ ਐਪਲੀਕੇਸ਼ਨ ਦੇ ਵਿੱਚ ਉਹਦੇ ਕਰਕੇ ਰਿਫਿਊਜ਼ਲ ਬਾਰੇ ਜ਼ਿਆਦਾ ਹੁੰਦੇ ਆ। ਸੋ ਸਾਡੇ ਪਹਿਲੇ ਸਾਲ ਦੇ ਵਿੱਚ ਅਸੀਂ ਕਾਫੀ ਕੇਸਿਸ ਸੋਲਵ ਕੀਤੇ ਆ ਜਿਹੜੇ ਪਹਿਲਾਂ 2-3 ਵਾਰੀ ਰਿਜੈਕਟ ਹੋਏ ਆ। ਅਸੀਂ ਪਹਿਲਾਂ ਪਤਾ ਕਰਦੇ ਹਾਂ ਕਾਹਤੋਂ ਰਿਜੈਕਟ ਹੁੰਦੇ ਆ, ਫਿਰ ਅਸੀਂ ਚਾਹੁੰਦੇ ਹਾਂ ਲੋਕਾਂ ਨਾਲ ਗੱਲਬਾਤ ਕਰਨ, ਤੁਸੀਂ ਇਹ ਜਿਹੜੇ ਪ੍ਰੋਬਲਮਸ ਹੈਗੀਆਂ ਐਡਰੈਸ ਕਰ ਸਕਦੇ ਹਾਂ, ਵਧੀਆ ਤਰੀਕੇ ਨਾਲ ਪੇਪਰ ਵਰਕ ਲਾਓ ਅਤੇ ਉਹਦੇ ਨਾਲ ਆਪਣੀ ਐਪਲੀਕੇਸ਼ਨ ਦਾ ਸਕਸੈਸ ਕਾਫੀ ਹਾਈ ਹੋ ਜਾਂਦਾ। ਅੱਛਾ, ਤੁਸੀਂ ਆਪ ਵੀ ਸਪੋਰਟਸਮੈਨ ਹੋ, ਤੁਹਾਡੀ ਰਾਈਡਿੰਗ ਦੇ ਵਿੱਚ ਬਹੁਤ ਸਾਰੇ ਯੂਥ ਰਹਿੰਦੇ ਨੇ, ਉਹਨਾਂ ਦੇ ਲਈ ਕੋਈ ਕਦਮ ਚੱਕੇ ਤੁਸੀਂ? ਹਾਂਜੀ, ਬਹੁਤ ਵਧੀਆ ਭੁੱਲਰ ਸਾਹਿਬ, ਅਸੀਂ ਕਦੇ ਭੁੱਲ ਨਹੀਂ ਸਕਦੇ ਦੈਟ ਸਪੋਰਟਸ ਦੀ ਜਿਹੜੀ ਇੰਪੈਕਟ ਆ ਸਾਡੀ ਲਾਈਫ ਦੇ ਵਿੱਚ। ਅਤੇ ਅਸੀਂ ਹਰ ਇੱਕ ਸੰਡੇ ਕੈਸੋ ਬਰੁੱਕ ਸੈਕੰਡਰੀ ਸਕੂਲ, ਜਿਹੜਾ ਹਾਈ ਸਕੂਲ ਪੈਂਦਾ ਸਾਡੇ ਇਲਾਕੇ ਦੇ ਵਿੱਚ ਗੋੜ ਅਤੇ ਗਾਰਡਨ ਬਰੁੱਕ, ਅਤੇ ਖੁਦ ਸਾਡੇ ਖਰਚੇ 'ਤੇ ਅਸੀਂ ਰੈਂਟ ਕੀਤੀ ਹੋਈ ਆ ਜਿਮ 2-5 ਐਵਰੀ ਸੰਡੇ, ਫਰੀ ਬਾਸਕਟਬਾਲ ਆਪਣੇ ਬੱਚਿਆਂ ਵਾਸਤੇ। ਤਕਰੀਬਨ 100 ਬੱਚਾ ਆ ਜਾਂਦਾ ਉੱਥੇ, ਵਧੀਆ ਮੌਕਾ ਮਿਲਦਾ, ਨਾਲ ਉਹਦੀ ਬੱਚਿਆਂ ਨੂੰ ਸਪੋਰਟਸ 'ਤੇ ਧਿਆਨ ਲੱਗੇ। ਦੂਜੀ ਗੱਲ ਆ, ਮੈਂ ਬੱਚਿਆਂ ਨਾਲ ਗੱਲਬਾਤ ਕਰਦਾ ਰਹਿੰਦਾ ਦੈਟ ਉਹਨਾਂ ਦੇ ਕੋਈ ਸਕੂਲ ਦੇ ਵਿੱਚ ਕੋਈ ਇਸ਼ੂ ਹੋਵੇ, ਕਰੀਅਰ ਦੀ ਐਡਵਾਈਸ ਹੋਵੇ, ਸੋ ਇਨਫੋਰਮੋ ਮੈਂਟਰਸ਼ਿਪ ਵੀ ਹੋ ਜਾਂਦੀ ਆ ਬੱਚਿਆਂ ਦੀ। ਮੈਨੂੰ ਬੜੀ ਬੈਨੀਫਿਟ ਮਿਲੀ ਆ ਮੈਂਟਰਸ਼ਿਪ ਦੀ ਮੇਰੇ ਲਾਈਫ ਦੇ ਵਿੱਚ, ਸੋ ਮੈਂ ਚਾਹੁੰਦਾ ਗਾਹਾਂ ਦੀ ਜਿਹੜੀ ਆਪਣੀ ਜਨਰੇਸ਼ਨ ਆ ਉਹਨਾਂ ਨੂੰ ਵੀ ਅਸੀਂ ਪ੍ਰਪੇਅਰ ਕਰੀਏ ਆਪਣੇ ਕਾਮਯਾਬ ਹੋਣ ਨੂੰ। ਜੀ, ਅਨਇੰਪਲਾਇਮੈਂਟ ਬਾਰੇ ਤੁਸੀਂ ਕਿਹਾ ਸੀ ਕਦਮ ਚੁੱਕਾਂਗੇ, ਅਤੇ ਉਹਦੇ ਬਾਰੇ ਕੀ ਤੁਹਾਡੀ ਸਰਕਾਰ ਨੇ ਕੀਤਾ? ਹਾਂਜੀ, ਸੋ ਕਾਫੀ ਅਸੀਂ ਸਪੈਸ਼ਲੀ ਯੂਥ ਅਨਇੰਪਲੋਇਮੈਂਟ ਅਤੇ ਭੁੱਲਰ ਸਾਹਿਬ ਜਿੱਥੇ ਹਿਸਟੋਰਿਕਲ ਰੇਟ ਆਪਣੇ ਬੱਚਿਆਂ ਨੂੰ ਨਹੀਂ ਜੋਬਸ ਮਿਲਦੀਆਂ, ਅਸੀਂ ਡਾਇਰੈਕਟ ਪੈਸਾ ਇਨਵੈਸਟ ਕੀਤਾ ਹੋਇਆ ਕੈਨੇਡਾ ਸਮਰ ਜੋਬਸ ਪ੍ਰੋਗਰਾਮਸ ਦੇ ਵਿੱਚ। ਉਹਦੇ ਆਲਮੋਸਟ $2 million ਦੀ ਬੈਨੀਫਿਟ ਹੋਈ ਹੈ ਕੈਨੇਡਾ ਨੂੰ, ਸੋਰੀ ਬ੍ਰੈਂਪਟਨ ਨੂੰ, ਬ੍ਰੈਂਪਟਨ ਨੂੰ $2 million ਦੀ ਇਨਵੈਸਟਮੈਂਟ ਮਿਲੀ ਸੀ ਪਿਛਲੇ ਸਾਲ। ਸਾਡੇ ਇਲਾਕੇ ਦੇ ਵਿੱਚ ਇਸ ਸਾਲ ਦੇ ਵਿੱਚ ਕਿੰਨਾ ਟਾਰਗੇਟ ਹੈ? ਇਹ ਸਾਲ ਵੀ $2.2 million ਦਾ ਟਾਰਗੇਟ ਹੋਣਗਾ ਸਾਡੇ ਇਲਾਕੇ ਦੇ ਵਿੱਚ, ਬ੍ਰੈਂਪਟਨ ਤੁਹਾਡੀ ਰਾਈਡਿੰਗ ਦੀ? ਜੀ ਜੀ, ਨਹੀਂ ਨਹੀਂ, ਸਾਰੀ ਬ੍ਰੈਂਪਟਨ, ਸਾਰੀ ਬ੍ਰੈਂਪਟਨ ਦੇ ਵਿੱਚ। ਸਾਡੇ ਇਲਾਕੇ ਦੇ ਵਿੱਚ $6 lakh ਦੀ ਇਨਵੈਸਟਮੈਂਟ ਹੋਣਗੀ, ਇੱਕ ਰੇਟ ਆਲਮੋਸਟ 150-200 ਜੋਬਸ ਆਪਣੇ ਬੱਚਿਆਂ ਵਾਸਤੇ ਸਾਡੇ ਇਲਾਕੇ ਦੇ ਵਿੱਚ। ਇਹ ਬਹੁਤ ਵਧੀਆ ਚੀਜ਼ ਆ, ਅਤੇ ਅਸੀਂ ਪਹਿਲਾਂ ਵੀ ਕੀਤਾ ਸੀਗਾ ਵਾਇਦਾ ਕੈਂਪੇਨ ਦੇ ਵਿੱਚ, ਅਸੀਂ ਕੈਨੇਡਾ ਸਮਰ ਜੋਬਸ ਪ੍ਰੋਗਰਾਮ ਨੂੰ ਇੰਪਰੂਵ ਕਰਾਂਗੇ, ਅਸੀਂ ਪਿਛਲੇ ਸਾਲ ਵੀ ਕੀਤਾ ਅਤੇ ਇਸ ਸਾਲ ਵੀ ਕਰਾਂਗੇ। ਸਮਾਲ ਬਿਜ਼ਨਸਮੈਨ ਜਿਹੜੇ ਹੈਗੇ ਨੇ ਸਾਡੇ, ਉਹਨਾਂ ਲਈ ਕੀ ਕਦਮ? ਸੋ ਸਮਾਲ ਬਿਜ਼ਨਸ ਵਾਸਤੇ ਅਸੀਂ ਮੰਨਦੇ ਹਾਂ ਭੁੱਲਰ ਸਾਹਿਬ ਦਾ, ਸਮਾਲ ਬਿਜ਼ਨਸ ਆਪਣੀ ਇਕਨੋਮਿਕ ਦੀ ਇੱਕ ਇੰਜਨ ਆ, ਬਹੁਤ ਵਧੀਆ ਇੰਜਨ ਆ, ਅਤੇ ਅਸੀਂ ਚਾਹੁੰਦੇ ਹਾਂ ਦੈਟ ਜਿਹੜੇ ਫੈਕਟਰਸ ਆ ਕੰਜ਼ੂਮਰ ਦੇ ਵਿੱਚ ਉਹ ਸਮਾਲ ਬਿਜ਼ਨਸ ਨੂੰ ਜ਼ਿਆਦਾ ਬੈਨੀਫਿਟ ਕਰਦਾ। ਸੋ ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, ਅਸੀਂ ਵਾਅਦਾ ਕੀਤਾ ਸੀਗਾ ਕੈਂਪੇਨ ਦੇ ਵਿੱਚ ਅਸੀਂ ਮਿਡਲ ਕਲਾਸ ਫੈਮਿਲੀਜ਼ ਦੀ ਹੈਲਪ ਕਰਨੀ ਆ। ਅਸੀਂ ਪਹਿਲੇ ਦਿਨ ਤੋਂ ਅਸੀਂ ਟੈਕਸਿਸ ਘਟਾਇਆ ਬਾਈ 7.5%, ਸੋ ਆਲਮੋਸਟ $600 ਜ਼ਿਆਦਾ ਆਪਣੇ ਲੋਕਾਂ ਦੇ ਵਿੱਚ ਪੈਸਾ ਪੈਣਗਾ ਉਹਨਾਂ ਦੇ ਜੇਬਾਂ ਦੇ ਵਿੱਚ। ਇਹਦੇ ਨਾਲ ਅਸੀਂ ਕੈਨੇਡਾ ਚਾਈਲਡ ਬੈਨੀਫਿਟ ਇੰਟਰੋਡਿਊਸ ਕੀਤਾ, ਜਿਹੜਾ ਆਪਣੇ ਅਮੀਰ ਲੋਕਾਂ ਨੂੰ ਆ ਉਹਨਾਂ ਨੂੰ ਹੁਣ ਬੇਬੀ ਬੋਨਸ ਨਹੀਂ ਮਿਲਣਾ। ਕਿੰਨੀ ਰਕਮ ਵਾਲਿਆਂ ਨੂੰ? ਹਾਂਜੀ, ਸੋ 2 lakh ਤੋਂ ਉੱਪਰ, ਜਿਹੜਾ 2 lakh ਤੋਂ ਉੱਪਰ ਉਹਨਾਂ ਨੂੰ ਕੋਈ ਨਹੀਂ ਮਿਲੇਗਾ, ਤੁਹਾਡੇ ਬੱਚੇ 18 ਸਾਲ ਤੋਂ ਥੱਲੇ ਕੋਈ ਪੈਸਾ ਨਹੀਂ ਮਿਲਣਾ, ਉਹਨਾਂ ਦੇ ਲਈ ਕਿੰਨਾ ਕੁ ਫਰਕ ਪਿਆ ਉਹਨਾਂ ਬੱਚਿਆਂ ਨੂੰ? ਸੋ ਸਾਨੂੰ ਜਿਹੜਾ ਟਾਰਗੇਟ ਆ ਅਸੀਂ ਚਾਹੁੰਦੇ ਹਾਂ, ਜਿਵੇਂ ਹੁਣ ਐਗਜ਼ਾਮਪਲ ਦਿੰਦਾ, ਤੁਹਾਡੀ ਘਰ ਦੀ ਇਨਕਮ 60,000 ਆ ਅਤੇ 2 ਬੱਚੇ ਆ, ਤੁਹਾਨੂੰ ਆਲਮੋਸਟ $5,000 ਸਾਲ ਦਾ ਮਿਲਣਾ। ਪਰ ਇਹ ਵੀ ਨੋਟ ਕਰਨਾ ਭੁੱਲ ਸਾਹਿਬ, ਦੈਟ ਟੈਕਸ ਫਰੀ ਮਿਲਣਾ। ਪਿਛਲੇ ਸਰਕਾਰ ਦਿੰਦੀ ਸੀਗੀ ਪੈਸੇ, ਟੈਕਸ ਕਰਦੇ, ਠੀਕ ਹੈ ਜੀ। ਸਾਡੀ ਸਰਕਾਰ ਪੈਸੇ ਦਿੰਦੀ ਆ, ਟੈਕਸ ਫਰੀ ਦਿੰਦੀ ਆ। ਇਹ ਪਾਲਿਸੀ ਨਾਲ 3 lakh ਬੱਚਾ ਪਾਵੜੀ ਚੋਂ ਨਿਕਲਣਾ ਕੈਨੇਡਾ ਦੇ ਵਿੱਚ। ਪਰ ਤੁਸੀਂ ਸਮਾਲ ਬਿਜ਼ਨਸ ਦੀ ਗੱਲ ਕੀਤੀ, ਅਸੀਂ ਲੋਕਾਂ ਦੇ ਜੇਬਾਂ ਦੇ ਵਿੱਚ ਜਿੱਥੇ ਫੈਡਰਲ ਗਵਰਨਮੈਂਟ ਦਾ ਰੋਲ ਹੈਗਾ, ਅਸੀਂ ਪੈਸੇ ਉਹਨਾਂ ਦੇ ਜੇਬਾਂ ਦੇ ਵਿੱਚ ਡਾਇਰੈਕਟ ਪਾਈ ਜਾਂਦੇ ਹਾਂ। ਇਹਦੇ ਨਾਲ ਉਹਨਾਂ ਨੂੰ ਹੋਰ ਕੋਈ ਪੈਸਾ ਹੈਗਾ, ਪੈਸਾ ਹੁੰਦਾ ਖਰਚ ਨੂੰ, ਇਹਦੇ ਸਮਾਲ ਬਿਜ਼ਨਸ ਦਾ ਫਾਇਦਾ ਹੁੰਦਾ। ਜੀ ਗਣਾ ਸਾਹਿਬ, ਗੱਲਾਂ ਜੇ ਹੋਰ ਵੀ ਬਹੁਤ ਨੇ, ਸਮਾਂ ਹੋ ਗਿਆ ਬ੍ਰੇਕ ਦਾ, ਅਸੀਂ ਲੈਂਦੇ ਹਾਂ ਇੱਕ ਹੁਣ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਅਸੀਂ ਹੁਣੀ ਗਏ ਅਤੇ ਹੁਣੀ ਵਾਪਸ ਆਏ, ਤੁਸੀਂ ਕਿਤੇ ਨਹੀਂ ਜਾਣਾ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਆ ਜਾਣਾ, ਸਾਡੀ ਗੱਲਬਾਤ ਹੋ ਰਹੀ ਆ ਐਮ ਪੀ ਰਾਜ ਗਰੇਵਾਲ ਜੀ ਨਾਲ। ਅੱਛਾ ਰਾਜ ਗਰੇਵਾਲ ਜੀ, ਜਿਹੜਾ ਤੁਸੀਂ ਸਮਰ ਲੀਡਰਸ਼ਿਪ ਜੋਬ
ਤੇ ਉਹ ਕੀ ਪ੍ਰੋਗਰਾਮਾਂ ਤੇ ਉਹ ਉਹਦੇ ਚ ਕੀ ਸਹੂਲਤਾਂ ਦਿੱਤੀਆਂ ਨੇ ਲੋਕਾਂ ਨੂੰ? ਸੋ ਇਹੀ ਹੈ ਦੈਟ ਲਿਬਰਲ ਪਾਰਟੀ ਆਫ ਕੈਨੇਡਾ ਨੇ ਕਾਫੀ ਵਧੀਆ ਇਨੀਸ਼ੀਏਟਿਵ ਸ਼ੁਰੂ ਕੀਤਾ ਹੋਇਆ ਆ ਸਮਰ ਲੀਡਰਸ਼ਿਪ ਪ੍ਰੋਗਰਾਮ ਆ। ਅਸੀਂ ਬੇਨਤੀ ਕਰਦੇ ਹਾਂ ਸਾਰੇ ਅਕਰਾਸ ਕੰਟਰੀ ਆਪਣੇ ਦਰਸ਼ਕਾਂ ਨੂੰ, ਆਪਣੇ ਬੱਚੇ ਹੈਗੇ ਆ ਇਨ ਯੂਨੀਵਰਸਿਟੀ ਪਹਿਲੇ ਤਾਂ 4 ਸਾਲਾਂ ਦੇ ਵਿੱਚ ਔਰ ਈਵਨ ਮਾਸਟਰਸ ਪ੍ਰੋਗਰਾਮ ਦੇ ਵਿੱਚ ਉਹ ਅਪਲਾਈ ਕਰ ਸਕਦੇ ਆ ਸਮਰ ਲੀਡਰਸ਼ਿਪ ਪ੍ਰੋਗਰਾਮ ਵਾਸਤੇ। ਉਹ ਜਿਹੜਾ ਲੀਡਰਸ਼ਿਪ ਪ੍ਰੋਗਰਾਮ ਹੈਗਾ 2-3 ਮਹੀਨੇ ਚੱਲਣਗਾ ਇਨ ਦਾ ਸਮਰ ਆਟਵਾ ਦੇ ਵਿੱਚ, ਅਤੇ ਉਹਨਾਂ ਨੂੰ ਆਪਰਚੁਨਿਟੀ ਮਿਲਦੀ ਆ ਟੂ ਵਰਕ ਫੋਰ ਅ ਮੈਂਬਰ ਆਫ ਪਾਰਲੀਮੈਂਟ ਇਨ ਆਟਵਾ। ਉੱਥੇ ਸਿੱਖਦੇ ਆ, ਪੇ ਵੀ ਮਿਲਦੀ ਆ ਅਤੇ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਹੁੰਦੀ ਆ ਔਨ ਪੋਲਿਟਿਕਸ। ਉਹਦੇ ਲਈ ਕਿਸ ਤਰੀਕੇ ਨਾਲ ਅਪਲਾਈ ਕਰ ਸਕਦੇ ਹਾਂ ਜਿਹੜੇ ਸਾਡੇ ਦਰਸ਼ਕ? ਸਾਰੀ ਇਨਫੋਰਮੇਸ਼ਨ ਔਨਲਾਈਨ ਹੈਗੀ ਆ, ਸਾਡੇ ਫੇਸਬੁੱਕ 'ਤੇ ਵੀ ਤੁਸੀਂ ਜਾ ਸਕਦੇ ਹਾਂ ਐਟ ਰਾਜ ਗਰੇਵਾਲ ਲਿਬਰਲ ਔਰ www.liberalpartyofcanada.ca। ਅੱਛਾ ਰਾਜ ਜੀ, 18 ਦੇ ਕਰੀਬ ਸਾਡੇ ਜਿਹੜੇ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਜਿਨ੍ਹਾਂ ਵਿੱਚ ਸਾਰੇ ਯੰਗ ਬਹੁਤ ਸਾਰੇ ਬੱਚੇ ਜਿਹੜੇ ਤੁਹਾਡੇ ਵਾਂਗ ਇੱਥੋਂ ਦੇ ਜੰਪਲ ਪਾਰਲੀਮੈਂਟ ਦੇ ਵਿੱਚ ਪਹੁੰਚੇ ਨੇ, ਇਹ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਹੈਰਾਨ ਹੁੰਦੀ ਆ। ਹੁਣ 15 ਮਹੀਨੇ ਤੱਕ ਦਾ ਸਮਾਂ ਹੋ ਚੁੱਕਿਆ, ਕਿਉਂਕਿ ਜਿੰਨੇ ਸਾਡੇ ਅੱਜ ਤੱਕ ਭਾਈਚਾਰੇ ਦੇ MP ਚੁਣ ਕੇ ਜਾਂਦੇ ਰਹੇ ਉਹ ਕਿਸੇ ਪਾਰਟੀ, ਚਾਹੇ 2 ਜਾਂ 4 ਸੀ, ਹਰ ਪਾਰਟੀ ਦੀ ਗੱਲ ਕਰ ਰਿਹਾ ਮੈਂ, ਇਕੱਲੀ ਲਿਬਰਲ ਦੀ ਨਹੀਂ, ਉਹ ਕਦੇ ਜਿਵੇਂ ਤੁਸੀਂ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਚੱਲ ਰਹੇ ਹੋ ਉਹ ਕਦੇ ਨਹੀਂ ਚੱਲੇ ਸੀ। ਕੀ ਕਾਰਨ ਆ ਕਿ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਕੰਮ ਕਰ ਰਹੇ ਹੋ? ਭੁੱਲਰ ਸਾਹਿਬ, ਮੈਂ ਹਮੇਸ਼ਾ ਕਹਿੰਦਾ ਦੈਟ ਯੂ ਨੋ ਆਪਣੀ ਕੰਟਰੀ ਦੀ ਕਾਮਯਾਬੀ ਵਾਸਤੇ ਅਸੀਂ ਇਲੈਕਸ਼ਨ ਲੜੀ ਸੀਗੀ, ਅਸੀਂ ਚਾਹੁੰਦੇ ਹਾਂ ਕਿ ਲੋਕ ਕਾਮਯਾਬ ਹੋਣਗੇ ਜਿਹਦੇ ਨਾਲ ਆਪਣਾ ਦੇਸ਼ ਕਾਮਯਾਬ ਹੁੰਦਾ ਹੈ। ਇਫ ਹਰ ਇੱਕ MP ਇਕੱਠਾ ਕੰਮ ਕਰਦਾ ਉਹਦੇ ਨਾਲ ਆਪਣਾ ਦੇਸ਼ ਕਾਮਯਾਬ ਹੁੰਦਾ। ਸੋ ਅਸੀਂ ਯੂ ਨੋ ਪ੍ਰੋਮਿਸ ਕੀਤਾ ਹੋਇਆ, ਵਾਅਦਾ ਕੀਤਾ ਹੋਇਆ ਸੀਗਾ ਲੋਕਾਂ ਨੂੰ, ਅਸੀਂ ਇਕੱਠਿਆਂ ਨੇ ਕੰਮ ਕਰਨਾ। ਖਾਸ ਕਰਕੇ ਆਪਣੀ ਲੋਕਲ ਇਗਜ਼ੈਂਪਲ ਮੈਂ ਦੇ ਦਿੰਦਾ, ਬਰੈਂਪਟਨ ਦੇ ਵਿੱਚ ਅਸੀਂ ਸਾਰੇ ਜਦੋਂ ਇਕੱਠੇ ਕੰਮ ਕਰਦੇ ਹਾਂ ਸਾਡੀ ਆਵਾਜ਼ ਜ਼ਿਆਦਾ ਵੱਜਦੀ ਆ ਆਟਵਾ ਦੇ ਵਿੱਚ। ਸੋ ਅਸੀਂ ਚਾਹੁੰਦੇ ਹਾਂ ਬਰੈਂਪਟਨ ਵਾਸਤੇ ਅਸੀਂ ਚੁਣੇ ਗਏ, ਬਰੈਂਪਟਨ ਵਾਸਤੇ ਅਸੀਂ ਕੰਮ ਕਰਨਾ, ਅਤੇ ਉਹਦੇ ਨਾਲ ਬਹੁਤ ਵਧੀਆ 15 ਮਹੀਨੇ ਲੰਘੇ ਆ। ਅਤੇ ਅਸੀਂ ਖਾਸ ਕਰਕੇ ਬੜਾ ਮਾਣ ਕਰਦਾ ਸਾਰੇ MPs ਦਾ ਦੈਟ ਅਸੀਂ ਇਕੱਠੇ ਕਰਕੇ ਕੰਮ ਕਰਦੇ ਹਾਂ ਅਤੇ ਗਾਹਾਂ ਤੋਂ ਵੀ ਕਰਾਂਗੇ। ਅੱਛਾ, ਤੁਹਾਡੇ ਇੰਨੇ ਜਿਹੜੇ ਭਾਰਤੀ ਮੂਲ ਦੇ ਜਿਹੜੇ MP ਚੁਣੇ ਗਏ ਨੇ ਉਹਦਾ ਕੈਨੇਡਾ ਅਤੇ ਇੰਡੀਆ ਦੇ ਟ੍ਰੇਡ ਅਤੇ ਉਹਨਾਂ ਨਾਲ ਰਿਲੇਸ਼ਨਸ਼ਿਪ 'ਤੇ ਕੀ ਫਰਕ ਪਿਆ? ਸੋ ਕੈਨੇਡਾ ਇੰਡੀਆ ਦੀ ਰਿਲੇਸ਼ਨਸ਼ਿਪ ਇੱਕ ਵੈਰੀ ਸਪੈਸ਼ਲ ਰਿਲੇਸ਼ਨਸ਼ਿਪ ਇਨ ਮਾਈ ਓਪੀਨੀਅਨ। ਕਾਫੀ ਆਪਣਾ ਭਾਈਚਾਰਾ, ਉਹਨਾਂ ਦੇ ਰੂਟਸ ਪੰਜਾਬ ਦੇ ਵਿੱਚ ਆ, ਇੰਡੀਆ ਦੇ ਵਿੱਚ ਆ, ਆਈ ਮੀਨ ਸਾਰੀ ਕਮਿਊਨਿਟੀ ਕੈਨੇਡਾ ਦੇ ਵਿੱਚ ਇੱਥੇ ਆ ਕੇ ਕਾਮਯਾਬ ਹੋਈ ਹੈ। ਸੋ ਕਦੇ ਭੁੱਲ ਨਹੀਂ ਸਕਦੇ, ਸਾਡੀ ਕਨੈਕਸ਼ਨ ਫਿਰ ਵੀ ਇੰਡੀਆ ਨਾਲ ਕਾਫੀ ਜ਼ਿਆਦਾ ਹੈਗੀ ਆ। ਇੰਡੀਆ ਅਤੇ ਕੈਨੇਡਾ ਦੀ ਜਿਹੜੀ ਰਿਲੇਸ਼ਨਸ਼ਿਪ ਆਨ ਇਕਨੋਮਿਕ ਟਰਮਸ ਇਜ਼ ਵੈਰੀ ਬੈਨੀਫਿਸ਼ਲ ਐਸ ਵੈਲ, ਦੈਟ ਇੰਡੀਆ ਹੈਜ਼ ਅ ਪਾਪੂਲੇਸ਼ਨ ਆਫ 1 ਬਿਲੀਅਨ ਪੀਪਲ, ਇਟਸ ਅ ਬਿਗ ਮਾਰਕੀਟ ਫਾਰ ਕੈਨੇਡੀਅਨ ਕੰਪਨੀਜ਼ ਟੂ ਐਕਸਪੈਂਡ। ਐਂਡ ਸੋ ਆਪਣਾ ਮਿਨਿਸਟਰ ਆਫ ਇਨੋਵੇਸ਼ਨ ਆਪਣਾ ਨਵਦੀਪ ਸਿੰਘ ਜੀ ਬੈਂਸ ਅਤੇ ਆਪਣਾ ਇਨਫਰਾਸਟ੍ਰਕਚਰ ਮਿਨਿਸਟਰ ਸੋਈ ਵੀ ਇੰਡੀਆ ਦੇ ਵਿੱਚ ਟੂਰ ਲਾ ਕੇ ਆਏ ਆ। ਸਿਰਫ ਉਹਨਾਂ ਦਾ ਟੂਰ ਦਾ ਪਰਪਸ ਇਹੀ ਸੀਗਾ ਦੈਟ ਕੈਨੇਡੀਅਨ ਕੰਪਨੀਜ਼ ਨੂੰ ਕਿਵੇਂ ਪ੍ਰਮੋਟ ਕਰਨਾ ਇੰਡੀਆ ਦੇ ਵਿੱਚ। ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਜਿਹੜਾ ਕੈਨੇਡਾ ਇੰਡੀਆ ਟ੍ਰੇਡ ਅਗਰੀਮੈਂਟ ਹੋਵੇ ਟੂ ਮੇਕ ਸ਼ੋਰ ਦੈਟ ਦੋਨੇ ਇਕਾਨਮੀਜ਼ ਜਲਦੀ ਤੋਂ ਜ਼ਿਆਦਾ ਵੱਧ ਸਕਦੇ ਆ। ਅੱਛਾ ਗ੍ਰਹਿ ਸਾਹਿਬ, ਘਰਾਂ ਦੀਆਂ ਕੀਮਤਾਂ ਦਿਨੋ ਦਿਨ ਵੱਧ ਰਹੀਆਂ ਨੇ, ਅਜੇ ਵੀ ਵਧੀਆਂ ਜਾ ਰਹੀਆਂ ਨੇ, ਤੁਹਾਡੀ ਕੋਈ ਜਸਟਿਨ ਟਰੂਡੋ ਦੀ ਸਰਕਾਰ ਕੋਈ ਕੋਸ਼ਿਸ਼ ਕਰ ਰਹੀ ਹੈ ਇਹਨਾਂ ਨੂੰ ਕੰਟਰੋਲ ਕਰਨ ਦੀ? ਹਾਂਜੀ, ਸੋ ਆਪਣੇ ਮਿਨਿਸਟਰ ਮਿਨਿਸਟਰ ਫਾਈਨੈਂਸ ਬਿਲ ਮਰਨੋ ਖੁਦਾ ਸੀ ਫਾਈਨੈਂਸ ਕਮੇਟੀ 'ਤੇ ਮੈਂ ਮੈਂਬਰ ਹਾਂ, ਉੱਥੇ ਵੀ ਅਸੀਂ ਸਟੱਡੀ ਕਰ ਰਹੇ ਹਾਂ ਹਾਊਸਿੰਗ ਪ੍ਰਾਈਸਿਸ, ਖਾਸ ਕਰਕੇ ਟੋਰਾਂਟੋ ਅਤੇ ਵੈਂਕੂਵਰ ਦੇ ਵਿੱਚ। ਸਾਡੀ ਸਰਕਾਰ ਨੇ ਕਾਫੀ ਪੋਲਿਸੀਜ਼ ਲੈ ਕੇ ਆਈਆਂ ਟੂ ਮੇਕ ਸ਼ੋਰ ਦੈਟ ਜਿਹੜੀ ਮੋਰਗੇਜ ਕੁਆਲੀਫਿਕੇਸ਼ਨ ਰੂਲਸ ਆ ਉਹ ਜ਼ਿਆਦਾ ਟੈਸਟਿੰਗ ਹੋਵੇ। ਅਸੀਂ ਚਾਹੁੰਦੇ ਹਾਂ ਦੈਟ ਜਿਹੜੇ ਅਮਰੀਕਾ ਦੇ ਵਿੱਚ 2008 ਦੇ ਵਿੱਚ ਬਬਲ ਹੋਇਆ ਸੀਗਾ ਉਹ ਕੈਨੇਡਾ ਦੇ ਵਿੱਚ ਉਹ ਨਾ ਹੋਵੇ। ਅਸੀਂ ਚਾਹੁੰਦੇ ਹਾਂ ਉਹਦੇ ਨਾਲ ਪ੍ਰੋਟੈਕਸ਼ਨ। ਸੋ ਅਸੀਂ ਜ਼ਿਆਦਾ ਵੇਰੀਫਿਕੇਸ਼ਨ ਚਾਹੁੰਦੇ ਹਾਂ ਜਿਹੜੇ ਲੋਕ ਨਵੇਂ ਮੋਰਗੇਜਿਸ ਲੈਂਦੇ ਆ, ਖਾਸ ਕਰਕੇ ਜਿਹੜਿਆਂ ਦੀ ਇਨਕਮ ਘੱਟ ਆ ਅਤੇ $1 million ਤੋਂ ਉੱਪਰ ਘਰ ਚਾਹੁੰਦੇ ਆ। ਠੀਕ ਹੈ ਜੀ, ਉਹਦੇ ਨਾਲ ਕੀ ਬੈਨੀਫਿਟ ਬਣਦਾ ਵੀ ਭੁੱਲਰ ਸਾਹਿਬ ਦਾ, ਇਹ ਜ਼ਿਆਦਾ ਐਕੁਇਟੀ ਆ ਤੁਹਾਡੇ ਘਰ ਦੇ ਵਿੱਚ, ਇਹ ਮਾਰਕੀਟ ਦੇ ਵਿੱਚ ਫਲਕਚੁਏਸ਼ਨ ਵੀ ਹੁੰਦੀ ਆ, ਲੋਕ ਆਪਣਾ ਘਰ ਛੱਡ ਕੇ ਨਹੀਂ ਜਾਂਦੇ। ਠੀਕ ਹੈ ਜੀ, ਉਹ ਫਿਰ ਵੀ ਉਹਨਾਂ ਦਾ ਐਸੈਟ ਬਣਨ ਹੁੰਦਾ, ਜਿਹੜਾ ਆਪਣਾ ਘਰ ਹੁੰਦਾ ਲੋਕਾਂ ਦਾ ਨੰਬਰ 1 ਐਸੈਟ ਹੁੰਦਾ ਜਨਰਲੀ। ਠੀਕ ਹੈ ਜੀ, ਉਹਦੇ ਅਸੀਂ ਚਾਹੁੰਦੇ ਹਾਂ ਦੈਟ ਮਾਰਕੀਟ ਸ਼ੁੱਡ ਬੀ ਸਾਊਂਡ ਐਂਡ ਸਟੇਬਲਾਈਜ਼, ਬਟ ਐਟ ਦ ਸੇਮ ਟਾਈਮ ਅਸੀਂ ਚਾਹੁੰਦੇ ਹਾਂ ਜਿਹੜੇ ਨਵੇਂ ਲੋਕ ਇੰਟਰ ਕਰਨਾ ਚਾਹੁੰਦੇ ਆ ਮਾਰਕੀਟ ਦੇ ਵਿੱਚ, ਉਹਨਾਂ ਨੂੰ ਵੀ ਮੌਕਾ ਮਿਲਿਆ। ਉਹ 'ਤੇ ਹਜੇ ਪਾਲਿਸੀ ਡਿਜ਼ਾਈਨ ਹੋਣ ਦੀ, ਜੇ USA ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਸਹੁੰ ਚੁੱਕ ਲਈ ਹੈ, ਕਿਵੇਂ ਉਹਨਾਂ ਦਾ ਲੱਗਦਾ ਕਿ ਸਾਡੇ USA ਦੇ ਨਾਲ ਕਿਹੋ ਜਿਹੇ ਕੈਨੇਡਾ ਦੇ ਸੰਬੰਧ ਰਹਿਣਗੇ, ਕਿੰਨੇ ਕੁ ਵਧਣਗੇ ਉਹਨਾਂ ਦੇ ਹੁੰਦੇ?
ਹਮੇਸ਼ਾ ਹੀ ਆਪਾਂ ਯੂ ਨੋ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਹੋਇਆ ਸੀ ਤਾਂ ਜਿਹੜੀ ਕੈਨੇਡਾ ਯੂ ਐੱਸ ਦੀ ਰਿਲੇਸ਼ਨਸ਼ਿਪ ਆ ਇਹ ਇਟਸ ਸੋ ਇੰਪੋਰਟੈਂਟ ਆ, ਇੰਨੇ ਸਾਲਾਂ ਵਾਸਤੇ ਇੰਨੀ ਕਾਮਯਾਬ ਹੋਈ ਦੋਨੇ ਦੇਸ਼ਾਂ ਵਾਸਤੇ। ਬਟ ਮੈਂ ਇਕਨੋਮਿਕ ਆਰਗੂਮੈਂਟ ਵੀ ਦੱਸਦਾ ਦੈਟ 9 million American jobs are directly tied to the Canadian economy. So the president and the new administration will not just ignore Canada. It's mutually beneficial for both countries to work together. ਇਹ ਵੀ ਕਹਿੰਦਾ ਜਿਹੜੀ ਕੈਨੇਡਾ ਦੀ ਅਮਰੀਕਾ ਦੀ 4 lakh ਬੰਦਾ ਹਰ ਰੋਜ਼ ਬੋਰਡਰ ਟੱਪਦਾ, ਇਹ ਜਿਹੜੇ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਦੈਟ ਠੀਕ ਆ ਪਰਿਵਾਰ ਨਾਲ ਨਾ ਆਪਣੇ ਗੱਲਬਾਤ ਹੋਵੇ ਬਟ ਗੁਆਂਢੀ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਆ, ਇਹ ਕੈਨੇਡਾ ਯੂ ਐੱਸ ਦੀ ਰਿਲੇਸ਼ਨਸ਼ਿਪ ਆ, ਜਿਹੜੀ ਗੁਆਂਢੀ ਆ ਹਮੇਸ਼ਾ ਬਣਾ ਕੇ ਰੱਖਾਂਗੇ ਅਤੇ ਨਾਟ ਜਸਟ ਆਪਣੀ ਪ੍ਰੋਕਸੀਮਿਟੀ ਦੀ ਗੱਲ ਆ, ਇਟਸ ਅਬਾਊਟ ਇਕਨੋਮਿਕ ਟਰਮਸ ਦੈਟ ਦੋਨੇ ਕੰਟਰੀਆਂ ਨੂੰ ਫਾਇਦਾ ਇਕੱਠੇ ਕੰਮ ਕਰਨਗੇ ਜੀ। ਅੱਛਾ ਇੱਕ ਜੇ ਆਪਾਂ ਦੇਖੀਏ ਸਾਡੇ ਪ੍ਰਾਈਮ ਮਿਨਿਸਟਰ ਪਹਿਲੀ ਵਾਰ ਹੋ ਰਿਹਾ ਕੈਨੇਡਾ ਦੀ ਹਿਸਟਰੀ ਦੇ ਵਿੱਚ, ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਦਾ ਕੈਨੇਡਾ ਦਾ ਦੌਰਾ ਕਰ ਰਹੇ ਨੇ, ਲੋਕਾਂ ਨੂੰ ਮਿਲ ਰਹੇ ਨੇ, ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਉਹਨਾਂ ਨੂੰ? ਆਈ ਥਿੰਕ ਪਰਸਨਲੀ ਬਹੁਤ ਵਧੀਆ ਰਿਸਪੌਂਸ ਮਿਲਦਾ। ਆਈ ਥਿੰਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਧਾਈ ਦੇ ਪਾਤਰ ਆ, ਜਿਹੜੇ ਕ੍ਰਾਸ ਕੰਟਰੀ ਟੂਰ ਕਰ ਰਿਹਾ। ਆਈ ਕੈਂਟ ਰਿਮੈਂਬਰ ਜਦੋਂ ਪ੍ਰਧਾਨ ਮੰਤਰੀ ਕੋਈ ਪਾਰਟੀ ਦਾ ਵੀ ਇੱਦਾਂ ਆਪਣਾ ਟਾਈਮ ਕੱਢ ਕੇ ਲੋਕਾਂ ਨੂੰ ਪੁੱਛ ਕੇ ਆਉਂਦਾ ਸਵਾਲ। ਇਹ ਜਿਹੜੀ ਡੈਮੋਕਰੇਸੀ ਆ ਭੁੱਲਰ ਸਾਹਿਬ, ਇਹ ਬਹੁਤ ਵਧੀਆ ਚੱਲ ਰਹੀ ਆ। ਇਹ ਆਪਣੇ ਸਿਟੀਜ਼ਨਸ ਐਵਰੇਜ ਸਿਟੀਜ਼ਨ ਆਪਣਾ ਪ੍ਰਧਾਨ ਮੰਤਰੀ ਨੂੰ ਡਾਇਰੈਕਟ ਸਵਾਲ ਪੁੱਛ ਸਕਦਾ, ਇਹ ਕੈਨੇਡਾ ਦੀ ਬਹੁਤ ਵਧੀਆ ਨਿਸ਼ਾਨੀ ਆ। ਅਤੇ ਤਾਂ ਕਰਕੇ ਅਸੀਂ ਵੀ ਵਾਅਦਾ ਕੀਤਾ ਸੀਗਾ ਲੋਕਾਂ ਨੂੰ ਤਾਂ ਅਸੀਂ ਲੋਕਾਂ ਦੇ ਵਿੱਚ ਵਿਸਰਾਂਗੇ ਹਮੇਸ਼ਾ, ਤਾਂ ਅਸੀਂ ਜਿੱਤ ਕੇ ਭੁੱਲਣਾ ਨਹੀਂ ਜਿਹੜੇ ਲੋਕਾਂ ਨੇ ਸਾਨੂੰ ਪਹੁੰਚਾਇਆ ਉੱਥੇ। ਅਤੇ ਅਸੀਂ ਵੀ ਸਮਰ ਦੇ ਵਿੱਚ ਡੋਰ ਨਾਕਿੰਗ ਕਰਦੇ ਹਾਂ ਪਿਛਲੇ ਸਾਲ, ਇਸ ਸਾਲ ਵੀ ਕਰਾਂਗੇ। ਅਸੀਂ ਹਮੇਸ਼ਾ ਚਾਹੁੰਦੇ ਹਾਂ ਦੈਟ ਅਸੀਂ ਲੋਕਾਂ ਨੂੰ ਐਕਸੈਸਬਲ ਰਹੀਏ। ਰਾਜ ਜੀ ਥੈਂਕ ਯੂ ਵੈਰੀ ਮੱਚ, ਸਭ ਤੋਂ ਵੱਡਾ ਧੰਨਵਾਦ ਅਸੀਂ ਇਸ ਗੱਲ ਦਾ ਕਰਦੇ ਹਾਂ, ਤੁਹਾਡੇ ਮਾਤਾ ਪਿਤਾ ਦਾ ਕਰਦੇ ਹਾਂ ਕਿ ਤੁਸੀਂ ਇੱਥੋਂ ਦੇ ਜੰਪਲ ਹੋ ਕੇ ਸਾਡੇ ਨਾਲ ਵਧੀਆ ਪੰਜਾਬੀ ਦੇ ਵਿੱਚ ਇੰਟਰਵਿਊ ਕੀਤੇ ਆ। ਸਾਡੇ ਪੰਜਾਬੀ ਦੇ ਚੈਨਲ 'ਚ ਲੋਕ ਤੁਹਾਡੀ ਇਕੱਲੀ ਇਕੱਲੀ ਗੱਲ ਨੂੰ ਜਿਹੜਾ ਉਹ ਸਮਝ ਸਕਦੇ ਨੇ, ਔਰ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ। ਬਹੁਤ ਬਹੁਤ ਧੰਨਵਾਦ, ਤੁਹਾਡਾ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਸਟੂਡੀਓ 'ਚ ਆਏ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸੀ ਸਾਡੀ ਰਾਜ ਗਰੇਵਾਲ ਜੀ, ਮੈਂਬਰ ਆਫ ਪਾਰਲੀਮੈਂਟ ਬਰੈਂਪਟਨ ਈਸਟ ਜੋ ਰਾਈਡਿੰਗ ਤੋਂ ਚੁਣੇ ਗਏ ਸੀ, ਅਤੇ ਉਹਨਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਆਸ ਹੈ ਤੁਹਾਨੂੰ ਇਹਦੇ ਵਿੱਚੋਂ ਕਾਫੀ ਕੁਛ ਮਿਲਿਆ ਹੋਵੇਗਾ ਜਾਣਕਾਰੀ ਲਈ, ਅਤੇ ਹੋਰ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕਿਹੋ ਜਿਹਾ ਲੱਗਿਆ ਸਾਡਾ ਪ੍ਰੋਗਰਾਮ, ਆਪਣੇ ਵਿਚਾਰ ਸਾਨੂੰ ਜ਼ਰੂਰ ਲਿਖ ਕੇ ਭੇਜਣਾ। ਤੁਹਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ।